बिस्मिल्लाहिर्रहमानिर्रहीम। सब बहन भाइयों को अस्सलाम वालेकुम। उम्मीद करती हूँ कि सब खैर खरीत से होंगे। अल्हम्दुलिल्लाह अल्हम्दुलिल्लाह जी, हम भी खैर खरीत से हैं। अल्लाह पाक सबको हमेशा खुश रखे, शाद आबाद रखे, ढेरों खुशियाँ दे। तो इसी के साथ करती हूँ जी आज की वीडियो शुरू। वीडियो शुरू करने से पहले सब बहन भाइयों से हमेशा की तरह मेरी रिक्वेस्ट है कि मेरी वीडियो को लाइक करना, शेयर करना और मेरे चैनल को सब्सक्राइब करना। तो चलते हैं जी नेक्स्ट वीडियो की तरफ। आज की वीडियो शुरू करते हैं। आज की वीडियो बहुत ही स्पेशल है क्योंकि बाहर का खुला माहौल और खुली ताज़ा हवा, जा रही हूँ सब्ज़ी में क्योंकि भाभियाँ गई हुई हैं, भाभी आसिया मेके गई हुई हैं और भाभी महवेश भी, तो इसलिए तो बनाना है सभी के लिए खाना। तो देखती हूँ कि क्या चीज़ ढूँढती हूँ, क्या मिलता है या क्या नहीं। तो बाग जी गर्मी बहुत ज़्यादा हो जाती है आज तो ना, रात की कल की आंधी चल रही है। आज हवा ठंडी, रात को बादल भी बने हुए थे लेकिन फिर भी हवा शवा इतनी नहीं चलती। इधर ये लगाई हुई है भाई जवेद ने, मेरा ख्याल में खरबूजे फूटा की बेलन क्या क्या है, इधर चेक करते हैं है? ਇੱਥੋਂ ਸਬਜ਼ੀ ਲੈਣੀ ਆ ਉਹ ਲੋਬੀਆ ਦੇ ਬੀ ਜਿਹੜੇ ਫਲੀਆਂ ਉਹ ਜਿਹੜੀਆਂ ਸਖਤ ਸਖਤ ਆ ਨਾ ਉਹ ਤੋੜੋ ਚੱਲ ਕੇ। ਆਹ ਦੇਖਦੇ ਸੀ ਜਿਹੜੀਆਂ ਵੱਡੀਆਂ ਫਲੀਆਂ ਨਹੀਂ ਇੱਧਰ, ਆਹ ਤੋੜ ਸਾਰੀਆਂ ਜਲਦੀ ਕਰੋ। ਆਹ ਉਹ ਸਾਰੀਆਂ ਲੱਗੀਆਂ ਹੈ, ਆਹ ਸਾਰੀਆਂ ਤੋੜੋ। ਆਹ ਬਰਤਨ ਫੜੋ ਮੇਰੇ ਕੋਲ, ਆਹ ਤਰ੍ਹਾਂ ਵੀ ਆਹ ਦੇਖਦੇ ਇੱਕ ਵੱਟ ਕਹਿੰਦੇ ਜਿਹੜੀ ਇੱਕ ਵੱਟ ਦੇ ਵੇਲਾਂ ਨਾ ਉਹ ਕੌੜੀਆਂ ਅਤੇ ਦੂਸਰੀ 'ਤੇ ਮਿੱਠੀਆਂ। ये अभी ये लोबिया के सारे बीज जो है ना ये तोड़ लेती हूँ इधर से। बिस्मिल्लाहिर्रहमानिर्रहीम। चल समीर हेल्प करो मेरी, खाने वाला मुंह फिर बनाया ना, जरा मेरी हेल्प करो पहले। जड़ियाँ सख्त सख्त है ना तोड़ लो। बिस्मिल्लाहिर्रहमानिर्रहीम जी है केड़ी जी, ये तो खराब हो गई है ना। ਚੱਲ ਸਮੀਰ ਆਹ ਤੜਾ ਪਹਿਲਾਂ ਮੇਰੇ ਨਾਲ ਸਬਜ਼ੀ ਬਣਾਉਣੀ ਹੈ, ਟਾਈਮ ਨਾ ਉਹ ਜਿਹੜਾ ਮਜ਼ਦੂਰ ਭਾਈ ਲੱਗਾ ਉਹਨਾਂ ਰੋਟੀ ਵੀ ਦੇਣੀ ਹੈ ਪਕਾ ਕੇ। ਥੱਕਿਆ ਰਹਿੰਦਾ ਸੁਬਹਾ ਦੀ ਕਿਹੜੀ ਕਮਾਈ ਸਾੜੀ ਜਿਹੜੀ ਵੀ ਥੱਕ ਗਿਆ ਵਿਹਲੇ ਬੈਠੇ। ਮੈਂ ਇਸ ਤਰ੍ਹਾਂ ਮੇਰੇ ਨਾਲ ਫਲੀਆਂ ਤੜਾ ਸਾਰੀਆਂ ਜਿਹੜੀਆਂ ਮੋਟੀਆਂ ਮੋਟੀਆਂ ਸਖਤ ਆ ਨਾ ਉਹ ਤੋੜੀ ਦੀਆਂ ਦਾਣਿਆਂ ਦੀਆਂ ਭਰੀਆਂ ਹੋਈਆਂ। ਕੀ ਲੱਗ ਗਿਆ ਸਿੱਧੀ ਪਾਣ ਜੁੱਤੀ, ਇੰਨੀ ਅੱਗੇ ਨਹੀਂ ਕਰੀਦੀ, ਪੈਰ ਸਾਰੇ ਅੱਗੇ ਨਿਕਲ ਜਾਂਦੇ ਆ ਤੇ ਫਿਰ ਮਿਰਚ ਨਹੀਂ। ਆ ਜਿਹੜੀਆਂ ਇਸ ਤਰ੍ਹਾਂ ਦੀਆਂ ਲੋਬੀਆ ਦੀਆਂ ਫਲੀਆਂ ਨੀ ਇਹ ਤੋੜਨੀਆਂ। ਆ ਜਿਹੜੀਆਂ ਦਾਣਿਆਂ ਦੀਆਂ ਭਰੀਆਂ ਉਹ ਤੋੜੋ ਮੋਟੀਆਂ ਮੋਟੀਆਂ। ਆ ਬਰਤਨ ਚੁੱਕ ਕੇ ਕੋਲ ਆਪਣੇ ਘਰ ਹੀ ਝੱਲਣਾ। ਹਾਂਜੀ ਜੀ ਤੁਸੀਂ ਤਰ੍ਹਾਂ ਸ਼ੁਰੂ ਹੋ ਗਏ। ਆ ਕਹਿੰਦੇ ਨੇ ਪਹਿਲੇ ਪੇਟ ਪੂੰਜਾ ਤੇ ਫਿਰ ਕੰਮ ਦੂਜਾ। ਹਾਂ ਬਾਈ ਜਵੇਦ ਆਇਆ ਬੱਕਰੀਆਂ ਬੰਨਣ। ਹਾਂ ਸਾਰੇ ਤੁਸੀਂ ਮੇਰੇ ਨਾਲ ਤੁੜਾ ਦੋਗੇ।
ਘਰ ਦਾ ਫਰੈਸ਼ ਫਰੈਸ਼ ਤਾਜ਼ਾ ਤਾਜ਼ਾ ਲੋਹੀਆ ਤੋੜ ਕੇ ਪਕਾਉਂਦੇ ਹਾਂ, ਮਜ਼ੇਦਾਰ ਬਣੇਗਾ। ਕਿਉਂਕਿ ਈਦ 'ਚ 2-3 ਦਿਨ ਗੋਸ਼ਤਾਂ ਦਾ ਮੂੰਹ ਵੀ ਸਾਰਾ ਪੱਕ ਗਿਆ ਹੈ, ਅਤੇ ਇਸ ਵਾਸਤੇ ਬੱਚਿਆਂ ਨੂੰ ਕੱਲ੍ਹ ਵੀ ਅਸੀਂ ਆਏ ਹਾਂ ਅਤੇ ਅੰਮੀ ਨੇ ਜੀ ਉਹਨਾਂ ਨੇ ਲੋਬੀਆ ਦੀ ਸਬਜ਼ੀ ਲੋਬੀਆ ਕਦੀ ਟਿੰਡਿਆਂ ਦੀ ਸਬਜ਼ੀ ਬਣਾਈ ਸੀ ਅਤੇ ਕਾਫੀ ਮਜ਼ੇ ਦੀ ਸੀ। ਮੈਂ ਕਰ ਕੈਮਰਾ ਫੜੋ ਫਿਰ ਕੈਮਰਾ ਮੈਂ ਤਾਂ ਹੁਣ ਬਣਿਆ 2 ਮਿੰਟ ਫੜ ਕੇ ਸੱਚਾ ਹੋ ਗਿਆ ਫੜੋ ਨਾ ਫਿਰ ਮੈਂ ਤੋੜਨਾ ਉੱਧਰ ਹੋਣਾ ਉੱਥੇ ਉੱਧਰ ਇੱਧਰ ਵੀ ਵੇਲਾ ਵੀ ਆਉਣਾ ਇੱਥੇ ਇੱਧਰ ਉੱਧਰ ਕਸੂਰੀ ਵੀ ਪੜਾ ਉਹ ਤਾਂ ਚਲੋ ਉੱਥੇ ਕੋਨੇ 'ਤੇ ਬੈਂਗਣ ਲੰਬੀਆਂ ਕੁਛ ਹੋਈਆਂ ਨਹੀਂ ਹੋਰ ਲੰਬੀਆਂ ਹੋਣਾ ਹੈ ਨਾ ਹਜੇ ਲੰਮੀਆਂ ਹੋਣਾ ਨਾ ਭਲਾ ਕੰਮ ਕਰ ਥੋੜ੍ਹੀ ਮੈਂ ਬਾਹਰ ਲਾ ਕੇ ਉੱਥੇ ਆਪ ਘਰ ਲਾ ਲਵੇ ਘਰ ਫਿਆਸ ਕਾ ਗਮਲੇ ਪਿਆ ਨਾ ਮੈਂ ਗਮਲਾ ਲੈ ਜਾਣਾ ਮੈਂ ਉਹਦਾ ਇੱਕ ਜਣਾ ਨਿੱਕਾ ਜਿਹਾ ਉਹ ਮੈਂ ਲੈ ਲਿਆ ਹੁਣ ਚਾਹੀਦਾ ਕਦੇ ਕੋਈ ਵਜਾਉਂਦੇ ਕੋਈ ਕੁਛ ਨਹੀਂ ਜਾ ਲਾਏ ਕਿ ਖੂਬਸੂਰਤੀ ਬੜੀ ਛੱਡਦੀ ਬਾਈ ਚੰਗੀ ਆਵਾਜ਼ ਚੱਲ ਰਹੀ ਹੈ ਭਾਵੇਂ ਬਜ਼ਾਰ ਵਾਲੀ ਉੱਡ ਕੇ ਡਾਕ ਲੈ ਜਾਵੇ
ਮਮਾ ਡਬੜ ਔਰ ਸਾਰੀਆਂ ਲਾ ਕੇ ਲੈ ਜਾਣੀਆਂ ਸਬਰ ਵੀ ਲੱਗੀ ਹੈ ਪਹਿਲਾਂ ਬਸ ਕਰੋ ਹਾਂ ਕਿਹਾ ਵੀ ਲੱਗੀ ਹੈ ਆਹ ਵਿੱਚ ਜੰਤਰ ਆ ਬਾਜਰੇ ਦੇ ਵਿੱਚ ਆਹ ਜੰਤਰ ਆਹ ਪੌਦੇ ਜੰਤਰ ਦੇ ਇਹ ਬੱਕਰੀਆਂ ਪਾਈ ਦੀ ਹੁਣ ਜੀ ਇੱਕ ਜਗ੍ਹਾ ਤੋਂ ਸਬਜ਼ੀ ਤੋੜ ਲਈ ਹੁਣ ਦੂਸਰੇ ਪਾਸੇ ਜਾਂਦੇ ਪਏ ਹਾਂ ਹਵਾ ਸ਼ੁਕਰ ਹੈ ਠੰਡੀ ਠੰਡੀ ਚੱਲਦੀ ਪਈ ਕਿੰਨਾ ਉੱਚਾ ਟਿੱਬਾ ਚੜ੍ਹਨਾ ਪੈਣਾ ਇੱਥੋਂ ਬੰਨ ਲੱਗਾ ਜਿਹੜਾ ਦਰਿਆ ਦਾ ਇੱਥੇ ਆ ਜਿਹੜੀਆਂ ਨਹੀਂ ਤੂਤਾਂ ਤੂਤ ਇਹ ਪੱਖੀਆਂ ਦੀਆਂ ਡੰਡੀਆਂ ਤਿੰਨ ਚਾਰ ਬਣਾ ਕੇ ਲਿਜਾਣੀਆਂ ਹਾਂ ਇਹ ਸਾਫ਼ ਸਾਫ਼ ਹੈ ਨਾ ਜੀ ਇੱਧਰੋਂ ਸਬਜ਼ੀ ਦੇਖਦੇ ਹਾਂ ਇੱਥੇ ਠੰਡਾ ਖਾਲਾ ਬੰਦਾ ਇੱਥੇ ਮੰਜੀ ਚੁੱਕ ਲਿਆ ਵੇ ਆਹ ਕਿਹੜਾ ਮਿੱਠੇ ਆ ਨਾਲ ਕਿ ਕਿਹੜੀ ਚੀਜ਼ ਮਿੱਠਾ ਹੀ ਤੋੜ ਸਾਰੀਆਂ ਸੁਰਖ ਮਿਰਚਾਂ ਆ ਫੜ ਆਪਣੇ ਕੋਲ ਰੱਖ ਮਿਰਚਾਂ ਵਾਲਾ ਤਸਲਾ ਜਿਹਾ ਤਾਂ ਫਟਾਫਟ ਜਲਦੀ ਬੂਟੇ ਨਾਲ ਹੱਥ ਰੱਖੀਦਾ ਇਹ ਨਾ ਹੋਵੇ ਬੂਟੇ ਤੋੜ ਕੇ ਤਾਂ ਤੁਰ ਪਵੇ ਡੰਡੀ ਤੋੜ ਲਈ ਦੀ ਨਾਲ ਮਿਰਚ ਦੀ ਸਾਰੀ ਘਾਹ ਕਿੰਨਾ ਵਿੱਚ ਹੋਇਆ ਸਾਰੀ ਸਾਫ਼ ਕਰਨ ਵਾਲੀ ਸਬਜ਼ੀ ਹੋਈ ਹੈ ਚੱਲ ਜਲਦੀ ਜਲਦੀ ਤੋੜ ਤੇ ਕਦੇ ਇੱਕ ਬੂਟਾ ਨਹੀਂ ਟੁੱਟਿਆ ਹਜੇ ਸਾਰੀ ਤੋੜਨੀ ਮੈਂ ਅੱਗੇ ਦੇਖ ਕੇ ਆਵਾਂ ਕਿਹੜੀਆਂ ਵੇਲਾਂ ਅਤੇ ਕਿਹੜੀ ਚੀਜ਼ ਤੋੜਦੇ ਆਹੋ ਭਿੰਡੀਆਂ ਨਹੀਂ ਇੰਨੀਆਂ ਹੈ ਬਾਕੀ ਤਾਂ ਫਿਰ ਵੀ ਕੋਈ ਗੁਜ਼ਾਰਾ ਹੈ ਸਬਜ਼ੀ ਦਾ ਕਿੱਥੇ ਕੁ ਪਹੁੰਚਿਆ ਹਜੇ ਚਲੋ ਦੋ ਚਾਰ ਜਾੜੇ ਰਹਿ ਗਏ ਜਿਹੜੇ ਜਲਦੀ ਕਰ ਮੈਂ ਤਾਂ ਉੱਧਰ ਸਾਰਾ ਘੇਰਾ ਫਿਰਿਆ ਹੀ ਦੋ ਟਿੰਡੇ ਇੱਕ ਤੋਰੀ ਅਤੇ ਦੋ ਤਰ੍ਹਾਂ ਬਸ ਉਹ ਚੁੱਕੀ ਫਿਰਦੀ ਨਾਲ ਲੋਭੀਆ ਬਸ ਇੰਨੀ ਬੜੀ ਹੁਣ ਉਹ ਆਂਟੀ ਜਿਹੜੀ ਬੈਠੀ ਜਖਾਣ ਚੱਲੀਏ ਪੱਠੇ ਬਸ ਜੀ ਮੰਮਾ ਹੁਣ ਚੁਕਾਉਣ ਲੱਗੀ ਪੱਠੇ ਪਤਾ ਕੀ ਵਾਲੀ ਗੱਲਬਾਤ ਹੋ ਰਹੀ ਹੈ ਜੀ ਐਲੋ ਫਿਰ
ਮੈਂ ਕਹਿਣਾ ਨਜ਼ਦੀਕ ਕਰਕੇ ਤਾਂ ਵਹਾਇਆ ਜਿੱਥੇ ਮੈਂ ਤਾਂ ਬੜਾ ਦੂਰ ਖਲੋਤੇ ਹਾਂ। ਅਮਨ ਵਾਧਾ ਮਾਰਨ ਲੱਗਿਆ ਕਿ ਜਲਦੀ ਆਓ ਨਹੀਂ ਤਾਂ ਰਾਤ ਇੱਥੇ ਹੀ ਹੋ ਜਾਣੀ ਜੀ। ਫਿਰ ਰਾਤ ਸੁਬਾਹ ਹੀ ਹੋਏ, ਮੈਂ ਆਵੇਂ ਬਸ ਲੱਗਿਆ ਮਾਰਾ ਮਜ਼ਾਕ ਕਰਨ। ਜੇ ਤੁਰਨੀ ਹੈ ਫਿਰ ਉਵੇਂ ਹੀ ਆਪਾਂ ਖੜਵਾਦੀ ਪੈ ਜਾਵੇ। ਖੜਵਾਦੀ ਰਹੀ ਨਾ ਵੇਗੀ ਤੂੰ। ਫਤਾ ਹਾਸਲ ਹੋ ਗਈ। ਅੱਛਾ ਜੀ, ਦੁਪਹਿਰ ਦਾ ਟਾਈਮ ਹੋ ਗਿਆ ਅਤੇ ਸਾਡੀਆਂ ਆਪੀ ਅਤੇ ਅੰਮੀ ਜੀ ਰੋਟੀਆਂ ਪਕਾ ਰਹੀਆਂ। ਵਾਹ ਵਾਹ ਗੋਟਿਆਂ ਦਾ ਕਿਆ ਹੀ ਬਾਤ ਆ। ਅੱਗੇ ਤੋਂ ਮੰਗਦਾ ਰਾਖੀ ਇਹ ਲਈ ਕਰੀਏ ਮੈਂ ਆਪਣੇ ਦੇਖਣ ਵਾਲੇ ਭੈਣਾਂ ਭਾਈਆਂ ਨਾ ਖਾ ਲਾਂ ਦਿਨ ਠੰਡਾ ਹੀ। ਮੈਂ ਕਹਿੰਦਾ ਮੈਂ ਨਾ ਖਗਲ ਚਾਂਗ ਹੀ ਲਿਆਵਾਂ, ਹਾਂਜੀ ਰੋਟੀ ਖਾ ਕੇ ਜਾਂਦਾ ਨਾਲ ਆਪਣੀ ਧੀਰਾਂ ਨੀ ਲਾ ਜਾਂਦਾ ਵਧਾਉਣਾ ਤੋੜ ਦੋ। ਤੁਸੀਂ ਤੋੜ ਲੈਣੇ ਸੀ, ਉੱਥੇ ਗਏ ਨਹੀਂ ਸੀਗੇ ਜਦੋਂ ਸਬਜ਼ੀ ਗਈ ਨਹੀਂ। ਮੈਨੂੰ ਨਹੀਂ ਪਸੰਦ ਜੀ ਚਿੱਟੇ ਦਿੰਦੇ। ਨਹੀਂ ਮੈਨੂੰ ਨਹੀਂ ਪਸੰਦ ਵਧਾਉਣੇ ਚੈਨਾ ਦੀ। ਸਮੀਰ ਪੁੱਤਰ ਨੇ ਰੋਟੀ ਖਾਣੀ ਆ। ਅੱਛਾ ਜੀ ਪਰਾਠਾ ਦੇ ਦਿੰਦੇ ਆ। ਉਹ ਜਿੱਥੋਂ ਘਾਹ ਕੱਢ ਕੇ ਲੱਗਿਆ ਨਾ ਭਾਈ ਤੇ ਉਹ ਸੁੱਕ ਗਈਆਂ ਮਿਰਚਾਂ ਦੇ ਬੂਟੇ ਸੁੱਕ ਗਏ। ਚਲੋ ਨਾ ਖਾ ਲਿਓ ਸਾਰਾ ਕੁਛ ਬਣਾ ਦੇਣਾ ਠੀਕ ਹੈ ਨਾ ਧੀ ਰਾਣੀ। ਕੱਲ ਉਹ ਤਬਾਕੂ ਵਾਕਈ ਬਹੁਤ ਮਹਿੰਗਾ, ਕੱਲ ਮੈਂ ਅੱਡੇ ਤੋਂ ਪੁੱਛਿਆ ਸੀਗਾ 1000 ਰੁਪਏ ਕਿਲੋ ਕਹਿੰਦੇ ਸੀ। ਗਾਹਾਂ ਬੰਦਾ ਇਹੀ ਬੀਜ ਲਿਆ ਕਰੇ ਕਣਕ ਦਾ ਤੇ ਸੂਰਤ ਹਾਲ ਕੋਈ ਹੋਰ ਕਿਸੇ ਫਸਲ ਦੀ ਇਹ ਬਾਜੀ ਨਹੀਂ ਵੀ ਹੁੰਦਾ ਨਾ ਕਦੀ ਇਹ ਮਰਨਾ ਬਣ। ਹਾਂਜੀ ਹੁਕਮ ਕਰੋ। ਹੈ ਤੁਹਾਡੇ ਵੀ ਬਾਜ਼ੂ ਨੂੰ ਮਸਲਾ ਬਣਿਆ ਮੈਨੂੰ ਉਹ ਆਸੀਆਂ ਨੇ ਪੱਤੀ ਗਵਾ ਦਿੱਤੀ ਮੈਨੂੰ ਲੱਭੇ ਨੀ ਥੋੜਾ ਜਿਹਾ ਅੱਗੇ ਚੱਲਦੀ ਫਿਰਦੀ ਕੰਮ ਕਰਦੀ ਬਹੁਤਾ ਹੋ ਜਾਂਦਾ ਕੱਲ ਗੱਡੀ ਚ ਆਈ ਆ।
ਸਹੀ ਆ। ਨਹੀਂ ਨਹੀਂ ਸਾਨੂੰ ਡਰ ਲੱਗਦਾ, ਤੂੰ ਵੈਸੇ ਨਾ ਉਸ ਤਰ੍ਹਾਂ ਨਾ ਹੀ ਆ, ਸਾਨੂੰ ਕਬੀਰ ਵਾਲਾ ਵਾਕਿਆ ਨਹੀਂ ਭੁੱਲਦਾ ਹਜੇ। ਲਿਖਿਆ ਹੋਣਾ ਤਾਂ ਉਹੀ ਨਸੋ।